ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਵਿਰੁੱਧ ਬੁੱਧਵਾਰ ਭਾਵ ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੀ ਕਾਲ ਬੁਲਾਈ ਗਈ ਹੈ। ਬੈਂਕਿੰਗ, ਖਾਸ ਕਰਕੇ ਸਰਕਾਰੀ ਬੈਂਕਾਂ, ਟਰਾਂਸਪੋਰਟ ਅਤੇ ਦੂਜੀਆਂ ਸੇਵਾਵਾਂ 'ਤੇ ਹੜਤਾਲ ਦਾ ਅਸਰ ਵੇਖਣ ਨੂੰ ਮਿਲ ਰਿਹਾ। ਹੜਤਾਲ ਦੇ ਸਮਰਥਨ 'ਚ ਮਜ਼ਦੂਰ ਸੰਗਠਨਾਂ ਦੇ ਨਾਲ ਹੀ ਖੱਬੇ ਪੱਖੀ ਦਲਾਂ ਅਤੇ ਕਾਂਗਰਸ ਹਿਮਾਇਤੀ ਦੇ ਪ੍ਰਦਰਸ਼ਨ ਕਾਰਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਸੜਕ ਅਤੇ ਰੇਲਵੇ ਆਵਾਜਾਈ 'ਚ ਰੁਕਾਵਟ ਆਈ ਹੈ। ਹੜਤਾਲ ਸਮਰਥਕਾਂ ਨੇ ਸੂਬੇ ਦੇ ਕੁਝ ਹਿੱਸਿਆਂ ਵਿੱਚ ਰੈਲੀਆਂ ਕੱਢੀਆਂ ਅਤੇ ਉੱਤਰ 24 ਪਰਗਣਾ ਜ਼ਿਲ੍ਹੇ ਵਿੱਚ ਸੜਕਾਂ ਅਤੇ ਰੇਲ ਪਟੜੀਆਂ ਨੂੰ ਬੰਦ ਕਰ ਦਿੱਤਾ ਅਤੇ ਟ੍ਰੇਨਾਂ ਰੋਕੀਆਂ। ਕੋਲਕਾਤਾ 'ਚ ਸਰਕਾਰੀ ਬੱਸਾਂ ਆਮ ਰੂਪ 'ਚ ਚੱਲ ਰਹੀਆਂ ਹਨ, ਪਰ ਸ਼ੁਰੂਆਤੀ ਘੰਟਿਆਂ 'ਚ ਪ੍ਰਾਈਵੇਟ ਬੱਸਾਂ ਦੀ ਗਿਣਤੀ ਘੱਟ ਸੀ। ਉਧਰੀ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਇਸ ਦੇਸ਼ ਵਿਆਪੀ ਹੜਤਾਲ ਵਿੱਚ 10 ਕੇਂਦਰੀ ਟਰੇਡ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਵੱਖ ਵੱਖ ਖੇਤਰੀ ਮਹਾਂਸੰਘ ਵੀ ਹਿੱਸਾ ਲੈ ਰਹੇ ਨੇ। ਕੇਂਦਰੀ ਯੂਨੀਅਨਾਂ ਵਿੱਚ ਐਟਕ, ਈਟਕ, C2, AIC, CTU, LPF ਸਮੇਤ ਹੋਰ ਦਲ ਸ਼ਾਮਲ ਨੇ। ਸਿਟੀ ਹੋਮ ਨਿਊਜ਼ ਦਾ ਲਈ ਬਿਊਰੋ ਰਿਪੋਰਟ।